इस वेले दी वड्डी खबर वलटोहा नूं लैके सामने आई है। जी हाँ, दस्या जा रहा है कि पंज तख्तां दे सहबानां दे वल्लों इत्थे वलटोहा नूं पार्टी चों कढ़न दे आदेश जिहड़े ने ओह दे दित्ते गए ने। तां इत्थे दस दईए कि वलटोहा दे वल्लों अज स्पष्टीकरण दित्ता गया सी, जिस तों बाद पंज तख्तां दे सहबानां दे वल्लों मीटिंग कीती गई ते उस मीटिंग दे विच इत्थे वलटोहा नूं पार्टी दे विचों कढ़न दे जिहड़े आदेश ने ओह दित्ते गए ने। तां इत्थे साडे नाल मनजीत सिंह अनखी भी मौजूद ने, उन्हां तों कुछ सवाल करदे आं ते सारी इनफॉर्मेशन जिहड़ी है ओह लैंदे हां। हैलो जी, सति श्री अकाल सर। आखिर इस दे पिछे दा असल कारण की है? जी, अपने दर्शकों नूं दस्सदी कि इस वेले दी सब तों वड्डी खबर ये आ रही है कि श्री अकाल तख्त साहिब ते अज पंज सिंह साहिबानां दी विशेष मीटिंग हुई, एकत्रता हुई, जिहदे विच श्री अकाल तख्त साहिब दे जथेदार ज्ञानी रणजीत सिंह, दूजे पासे कार्यकारी ਸਾਬਕਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਤੋਂ ਇਲਾਵਾ ਬਾਕੀ ਤਖ਼ਤਾਂ ਦੇ ਜਥੇਦਾਰ ਵੀ ਜਿਹੜੇ ਮੌਜੂਦ ਸਨ ਜੀ। ਤਾਂ ਉਹਨਾਂ ਦੇ ਸਨਮੁਖ ਅੱਜ ਸਵੇਰੇ ਠੀਕ 9:15 ਜਾਂ 9:30 ਦੇ ਟਾਈਮ ਸੀ ਕਿ ਦਿਸਾ ਸਿੰਘ ਵਲਟੋਹਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਉਹ ਵਿਸ਼ੇਸ਼ ਤੌਰ ਤੇ ਪੇਸ਼ ਹੁੰਦੇ ਆ, ਕਿਉਂਕਿ ਉਹਨਾਂ ਨੂੰ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਤੁਸੀਂ ਆਪਣਾ ਆਣ ਕੇ ਸਪਸ਼ਟੀਕਰਨ ਦਿਓ। ਦਰਸ਼ਕਾਂ ਨੂੰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਵਿਰਸਾ ਸਿੰਘ ਵਲਟੋਹਾ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉੱਤੇ ਇਹ ਇਲਜ਼ਾਮ ਲਾਏ ਗਏ ਸਨ ਕਿ ਉਹ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਕੋਈ ਵੀ ਖਿਲਾਫ਼ ਕੋਈ ਵੀ ਫੈਸਲਾ ਜਿਹੜਾ ਨਹੀਂ ਲੈ ਰਹੇ ਜਾਂ ਕੋਈ ਵੀ ਫੈਸਲਾ ਲੈਣ ਵਿੱਚ ਦੇਰੀ ਕਰ ਰਹੇ ਨੇ। ਤਾਂ ਇਹੋ ਜਿਹੇ ਜਿਹੜੀ ਸੀ ਗੱਲ ਉਹ ਕੀਤੀ ਗਈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਆ। ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅੱਜ ਦੇ ਦਿਨ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਸੱਦਣ ਦਾ ਸਪਸ਼ਟੀਕਰਨ ਜਿਹੜਾ ਆਰਡਰ ਸੀ, ਆਦੇਸ਼ ਜਿਹੜੇ ਸੀ ਉਹ ਜਾਰੀ ਕੀਤੇ ਗਏ ਸਨ। ਤੇ ਇਹਦੇ ਸੰਬੰਧ ਵਿੱਚ ਵਿਰਸਾ ਸਿੰਘ ਵਲਟੋਹਾ ਹੋਣਾਂ ਨੇ ਇੰਨੀ ਗੱਲ ਕਹੀ ਸੀ ਕਿ ਉਹ ਬਤੌਰ ਦਮਾਣੀ ਸਿੱਖ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣਗੇ। ਅੱਜ ਚਲੋ ਉਹ ਪੇਸ਼ ਹੁੰਦੇ ਨੇ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਜਾ ਕੇ ਉੱਥੇ ਆਪਣਾ ਸਪਸ਼ਟੀਕਰਨ ਦਿੱਤਾ, ਸਿੰਘ ਸਾਹਿਬਾਨਾਂ ਨੂੰ ਮਿਲੇ ਔਰ ਕਰੀਬ 3:30 ਘੰਟੇ ਕਹਿੰਦੇ ਨੇ ਕਿ ਉੱਥੇ ਰੁਕ ਉਹਨਾਂ ਨੇ ਦਰਬਾਰ ਸਾਹਿਬ ਕੇ ਬਤਾਏ। ਉਸ ਮਗਰੋਂ ਉਹ ਬਾਹਰ ਆ ਜਾਂਦੇ ਆ, ਪਰ ਉਸ ਮਗਰੋਂ ਜਿਸ ਤਰੀਕੇ ਨਾਲ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੁੰਦੀ ਆ, ਪੰਜ ਸਿੰਘ ਸਾਹਿਬਾਨਾਂ ਨੇ ਜਿਸ ਤਰੀਕੇ ਦੇ ਨਾਲ ਕੱਲੀ ਕੱਲੀ ਗੱਲ ਜਿਹੜੀ ਆ ਕੀਤੀ ਆ ਔਰ ਜਿਸ ਤਰੀਕੇ ਦੇ ਸਖ਼ਤ ਆਦੇਸ਼ ਜਿਹੜੇ ਜਾਰੀ ਕੀਤੇ ਨੇ, ਖ਼ਾਸ ਤੌਰ ਤੇ ਉਦੋਂ ਜਦੋਂ ਵਿਰਸਾ ਸਿੰਘ ਵਲਟੋਹਾ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਉਹ ਆਪਣਾ ਸਪਸ਼ਟੀਕਰਨ ਦੇ ਆਏ ਨੇ, ਜਦੋਂ ਕਿ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਸਿੰਘ ਸਾਹਿਬਾਨਾਂ ਨੇ ਉਸ ਸਪਸ਼ਟੀਕਰਨ ਨੂੰ ਇਹ ਗੱਲ ਨਹੀਂ ਕਹੀ, ਉਹਨਾਂ ਨੇ ਇਹ ਗੱਲ ਕਹੀ ਕਿ ਉਹ ਆਪਣਾ ਮਾਫ਼ੀਨਾਮਾ ਜਿਹੜਾ ਉਹ ਦੇ ਕੇ ਗਏ ਨੇ ਆਪਣੇ ਆਪ ਦੇ ਵਿੱਚ। ਇਹ ਬਹੁਤ ਮਹੱਤਵਪੂਰਨ ਗੱਲ ਆ, ਕਿਉਂਕਿ ਇੱਕ ਪਾਸੇ ਤਾਂ ਵਿਰਸਾ ਸਿੰਘ ਵਲਟੋਹਾ ਇਹ ਗੱਲ ਕਹਿੰਦੇ ਆ ਕਿ ਮੈਂ ਸਪਸ਼ਟੀਕਰਨ ਦੇ ਕੇ ਆਇਆ, ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਸਿੰਘ ਸਾਹਿਬਾਨਾਂ ਵੱਲੋਂ ਬਕਾਇਦਾ ਤੌਰ ਤੇ ਉਹਨਾਂ ਦਾ ਮਾਫ਼ੀਨਾਮਾ ਜਿਹੜਾ ਉਹ ਜਨਤਕ ਕਰ ਦਿੱਤਾ ਜਾਂਦਾ ਜਿਹਦੇ ਵਿੱਚ ਉਹਨਾਂ ਨੇ ਮਾਫ਼ੀ ਦੀ ਗੱਲ ਕੀਤੀ ਹੈ। ਉਸ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ, ਜਿਸ ਤਰੀਕੇ ਨਾਲ ਗਿਆਨੀ ਰਘਵੀਰ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਇਹ ਗੱਲ ਕੀਤੀ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਬੀਤੇ ਲੰਮੇ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਖਿਲਾਫ਼ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹਨਾਂ ਦੀ ਕਰਤਾਰਪੁਸ਼ੀ ਕੀਤੀ ਜਾ ਰਹੀ ਹੈ। ਨੰਬਰ 2, ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਬੀਤੇ ਦਿਨ ਜਦੋਂ ਵਿਰਸਾ ਸਿੰਘ ਵਲਟੋਹਾ ਉਹਨਾਂ ਦੇ ਘਰ ਆਣ ਕੇ ਉਹਨਾਂ ਦੀ ਸਿਹਤ ਦਾ ਪਤਾ ਲੈਣ ਵਾਸਤੇ ਆਏ, ਤਾਂ ਇਹ ਕਿਸਮ ਨਾਲ ਉਹਨਾਂ ਨੂੰ ਇਹ ਧਮਕਾ ਕੇ ਗਈ ਆ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਹੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਵਿੱਚ ਵੀ ਜੋ ਬੀਤੇ ਸਮੇਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਦੋਸ਼ ਲਾਏ ਜਾਂਦੇ ਰਹੇ ਨੇ, ਉਹਦੇ ਸੰਬੰਧ ਵਿੱਚ ਵੀ ਉਹਨਾਂ ਨੇ ਸਪਸ਼ਟੀਕਰਨ ਮੰਗਿਆ, ਜਿਸ ਦਾ ਕੋਈ ਵੀ ਉੱਤਰ ਜਿਹੜਾ ਵਿਰਸਾ ਸਿੰਘ ਵਲਟੋਹਾ ਆਪਣੀ ਪੇਸ਼ ਕੀਤੇ ਸਪਸ਼ਟੀਕਰਨ ਵਿੱਚ ਨਹੀਂ ਦੇ ਸਕੇ। ਤੁਸੀਂ ਜਿਸ ਮਗਰੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਔਰ ਬਾਕੀ ਸਿੰਘ ਸਾਹਿਬਾਨਾਂ ਨੇ ਇਹ ਤਗੜਾ ਫੈਸਲਾ ਲੈਂਦਿਆ ਹੋਇਆ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ਼ ਫੈਸਲਾ ਲਿਆ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੂਦਲ ਹੋਣਾਂ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਅਗਲੇ 24 ਘੰਟਿਆਂ ਦੇ ਅੰਦਰ ਅੰਦਰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦੀ ਸਮੁੱਚੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਸਭ ਅਹੁਦੇ ਤੋਂ ਖਾਰਜ ਕਰ ਦਿੱਤਾ ਜਾਵੇ ਤੇ ਅਗਲੇ 10 ਸਾਲਾਂ ਤੱਕ ਉਸ ਨੂੰ ਕਿਸੇ ਵੀ ਸੂਰਤ ਵਿੱਚ ਪਾਰਟੀ ਦੇ ਵਿੱਚ ਵਾਪਸੀ ਜੀ। ਅਨਖੀ ਸਾਹਿਬ, ਇੱਥੇ ਇੱਕ ਗੱਲ ਹੋਰ, ਵਲਟੋਹਾ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਮੁਸ਼ਕਿਲਾਂ ਹੁਣ ਵਧਣ ਵਾਲੀਆਂ ਨੇ? ਦੇਖੋ, ਇਹਦੇ ਚ ਤਾਂ ਕੋਈ ਦੋਰਾਵਾ ਰਹਿ ਨਹੀਂ ਚਾਹੁੰਦੇ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਇੱਕ ਸਿਆਸੀ ਕੈਰੀਅਰ ਦੇ ਸੰਬੰਧੀ ਸਾਫ਼ ਤੌਰ ਤੇ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਆ ਗਿਆ ਕਿ ਇੱਕ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਪਾਰਟੀ ਦੇ ਸਭ ਅਹੁਦਿਆਂ ਤੋਂ ਅਗਲੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇ, ਔਰ ਉਸ ਤੋਂ ਵੱਡਾ ਫੈਸਲਾ ਇਹ ਕਿ ਅਗਲੇ 10 ਸਾਲਾਂ ਤੱਕ ਉਹ ਪਾਰਟੀ ਦੇ ਵਿੱਚ ਉਹਨਾਂ ਦੀ ਵਾਪਸੀ ਜਿਹੜੀ ਆ ਉਹ ਨਾ ਲਈ ਜਾਵੇ। ਹੁਣ ਆਪਣੇ ਆਪ ਦੇ ਵਿੱਚ ਤਾਂ ਇਹ ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਕਿ ਵਿਰਸਾ ਸਿੰਘ ਵਲਟੋਹਾ ਦਾ ਜਿਹੜਾ
सियासी जीवन राजनीतिक जीवन के खिलाफ बड़ा वड्डा फैसला जिहड़ा श्री अकाल तख्त साहब के जथेदार ने जिहड़ा लिया है तो अजिही सूरत अं कह सकते हैं कि जिहड़े आउंदे दिन ने एक किस्म के बिरसा सिंह वलटोहा की जिहड़ी सियासत आ उस एक किस्म का हुण कुछ लीडर ਸਬੰਧ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਔਰ ਬਕਾਇਦਾ ਤਾਂ ਉੱਥੇ ਜਥੇਦਾਰ ਉਹਨਾਂ ਨੇ ਇਸ ਗੱਲ ਨੂੰ ਕੋਟ ਕੀਤਾ ਕਿ ਜੇਕਰ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੋਈ ਸਖ਼ਤ ਫੈਸਲਾ ਲਿਆ ਜਾਂਦਾ ਤਾਂ ਕੋਈ ਬੋਲੇ ਨਾ ਬੋਲੇ ਮੈਂ ਤਾਂ ਖੰਡਾ ਜਿਹੜਾ ਜ਼ਰੂਰ ਖੜਕਾਵਾਂਗਾ ਬਾਅਦ ਇਸ ਪਿੱਛੇ ਹੁਣ ਜਿਹੜੀ ਸੂਰਤ ਆ ਉਹ ਸੁਖਵੀਰ ਸਿੰਘ ਬਾਦਲ ਦੀ ਇਹ ਮੁਸ਼ਕਲਾਂ ਜਿਹੜੀਆਂ ਜ਼ਰੂਰ ਉਦਾਵਗੀ ਕਿਉਂਕਿ ਅਕਾਲੀ ਸਭਾ ਲੈਣ ਵਾਲੀ ਕੀ ਗੱਲ ਕਹਿ ਰਹੀ ਨੇ ਕਿ ਇਹ ਜੋ ਕੁਝ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਸੀ ਉਹ ਵਿਰਸਾ ਸਿੰਘ ਵਲਟੋਹਾ ਦਾ ਕਥਾ ਤੌਰ ਤੇ ਆਪਣਾ ਬਿਆਨ ਨਹੀਂ ਸੀ ਬਲਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛੋਂ ਉਸ ਨੂੰ ਨਿਰਦੇਸ਼ ਜਾਰੀ ਹੋਏ ਤੇ ਜੇਕਰ ਹੁਣ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਸਲਾਰੇ ਦੇ ਖਿਲਾਫ ਜਿਹੜੀ ਅਕਾਲੀ ਦਲ ਦੇ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਕਿ ਇਸ ਨੂੰ ਬਰਖਾਸਤ ਕੀਤਾ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤੇ ਫਿਰ ਕੁਦਰਤੀ ਆ ਕਿ ਆਉਂਦੇ ਦਿਨਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ ਨੇ ਈਵਨੀ ਸਥਿਤੀ ਇਸ ਤਰ੍ਹਾਂ ਦੀਆਂ ਪੈਦਾ ਹੋ ਜਾਂਦੀਆਂ ਨੇ ਕਿ ਅਸੀਂ ਕਿਸੇ ਦਾ ਭਲਾ ਕਰਨ ਦੀ ਗੱਲ ਕਰ ਰਹੇ ਹਾਂ ਪਰ ਸਥਿਤੀਆਂ ਜਿਹੜੀਆਂ ਉਲਟ ਹੋ ਜਾਂਦੀਆਂ ਨੇ ਹੁਣ ਜਿਸ ਤਰੀਕੇ ਨਾਲ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਜਿਹੜਾ ਫੈਸਲਾ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਜਾਂ ਬਾਕੀ ਸਿੰਘ ਸਹਿਬਾਨਾਂ ਵੱਲੋਂ ਇਸ ਦਾ ਅਸਰ ਤਾਂ ਸੁਖਵੀਰ ਸਿੰਘ ਬਾਦਲ ਦੇ ਉਸ ਫੈਸਲੇ ਦਾ ਪਾਈਗਾ ਪਾਈਗਾ ਜਿੱਥੇ ਉਹਨਾਂ ਨੂੰ ਤਨਖਾਹੀ ਆ ਜਿਹੜਾ ਕਰਾਰ ਦਿੱਤਾ ਹੋਇਆ ਹੁਣ ਦੇਖੋ ਕਿ ਅਗਲੇ ਦਿਨਾਂ 'ਚ ਰਾਜਨੀਤੀ ਜਿਹੜੀ ਕਿਸ ਕਰਵਟ ਬੈਠਦੀ ਆ ਪਰ ਇਹਦੇ ਨਾਲ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਵਿਰਸਾ ਸਿੰਘ ਵਲਟੋਹਾ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਿਆਸੀ ਜੀਵਨ ਆ ਉਹ ਹੁਣ ਅੰਤਮ ਕਗਾਰ ਤੇ ਆ ਕਿਉਂਕਿ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਔਰ ਅਕਾਲ ਤਖ਼ਤ ਸਾਹਿਬ ਦੇ ਜਿਹੜੇ 24 ਘੰਟਾ ਦਾ ਸੀਮਾਬੱਧ ਆਦੇਸ਼ ਜਾਰੀ ਕੀਤੇ ਨੇ ਇਸ ਤੋਂ ਬਚਣ ਦੀ ਮੇਰਾ ਨਹੀਂ ਖਿਆਲ ਕਿ ਬਲਵਿੰਦਰ ਸਿੰਘ ਭੁੱਤਰ ਹੋਣਾ ਹੋਰ ਕੋਈ ਹੋਰ ਕੋਈ ਰਸਤਾ ਹੋਵੇ ਜਾਂ ਕੋਈ ਹੋਰ ਵਿਚਾਰ ਵਟਾਂਦਰਾ ਹੋਵੇ ਕਿਉਂਕਿ ਇਹ ਤਾਂ ਸਪਸ਼ਟ ਆ ਕਿ ਆਦੇਸ਼ ਆਏ ਨੇ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਅਜਿਹੇ ਆਦੇਸ਼ਾਂ ਦੇ ਉੱਤੇ ਕੰਮ ਨਹੀਂ ਕੀਤਾ ਜਾਂਦਾ ਤਾਂ ਫਿਰ ਹੋਰ ਵੀ ਸਖ਼ਤ ਫੈਸਲਾ ਜਿਹੜਾ ਵਿਰਸਾ ਸਿੰਘ ਵਰਤੋਂ ਦੇ ਖਿਲਾਫ ਲਿਆ ਜਾਂਦਾ ਜੀ 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 ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਰ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੁੰਦੜ ਨੂੰ ਇਹ ਜਿਹੜਾ ਆਦੇਸ਼ ਦਿੱਤਾ ਗਿਆ ਤੇ ਹੁਣ ਇੱਥੇ ਫੈਸਲਾ ਕਿੱਦਾਂ ਦਾ ਆਉਣ ਵਾਲਾ ਹੈ ਕੀ ਕਹਿ ਸਕਦੇ ਆ ਦੇਖੋ ਉਹਦੇ ਵਿੱਚ ਤਾਂ ਕੋਈ ਦੋ ਰਾਹਾਂ ਰਹਿ ਨਹੀਂ ਜਾਂਦੀਆਂ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਜਿਹੜਾ ਇਹ ਆਦੇਸ਼ ਦਿੱਤਾ ਗਿਆ ਉਸ ਆਦੇਸ਼ ਦੇ ਉੱਤੇ ਤਾਂ ਕਾਰਵਾਈ ਜਿਹੜੀ ਆ ਉਹ ਕਰਨੀ ਲਾਜ਼ਮੀ ਆ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਸੀਂ ਕਹਿ ਸਕਦੇ ਹਾਂ ਖਾਸ ਤੌਰ ਤੇ ਜਿਹੜੇ ਪ੍ਰਧਾਨ ਨੇ ਸਿੱਖ ਦੀ ਲੀਡਰਸ਼ਿਪ ਉਹ ਇਸ ਵੇਲੇ ਘੁੰਮਣ ਘੇਰੀਆਂ ਦੇ ਵਿੱਚ ਫਸੀ ਹੋਈ ਹੈ ਤਾਂ ਉਸ ਘੁੰਮਣ ਘੇਰੀ ਦੇ ਵਿੱਚ ਜੇਕਰ ਉਹਨਾਂ ਦੇ ਬੁਲਾਰੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਨਜ਼ਦੀਕੀ ਸਾਥੀਆਂ ਸਭ ਤੋਂ ਵਫਾਦਾਰ ਸਾਥੀਆਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਮੰਨੇ ਜਾਂਦੇ ਨੇ ਆ ਔਰ ਇਸੇ ਵਿਰਸੇ ਸਿੰਘ ਵਲਟੋਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਰਵੀਏ ਦੇਸ਼ ਪ੍ਰਤਾਪ ਸਿੰਘ ਕਹਿ ਰਹੇ ਹੋ ਪਾਰਟੀ ਦੇ ਵਿੱਚੋਂ ਬਾਹਰ ਦਰਸਤਾ ਵਿਖਾਤਾ ਸੀ ਤਾਂ ਤੁਸੀਂ ਉਸ ਹਿਸਾਬ ਨਾਲ ਲੋਕ ਦੇਖ ਲਓ ਕਿ ਅਕਾਲੀ ਦਲ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੀ ਕੀ ਸਥਿਤੀ ਸੀ ਪਰ ਜੇਕਰ ਹੁਣ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦਿੱਤਾ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਤਾਂ ਸੁਭਾਵਕ ਆ ਕਿ ਜਿਹੜੀਆਂ ਸਥਿਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਵਾਸਤੇ ਮੁਸ਼ਕਲਾਂ ਬਣ ਸਕਦੀਆਂ ਨੇ ਕਿਉਂਕਿ ਹੁਣ ਇਹ ਤਾਂ ਗੱਲ ਜੱਗ ਜ਼ਾਹਰ ਹੋ ਗਈ ਜਿਸ ਤਰੀਕੇ ਨਾਲ ਸਿੰਘ ਸਾਹਿਬਾਨਾਂ ਨੇ ਇੰਨੀ ਗੱਲ ਕਹੀ ਆ ਕਿ ਹਾਂ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸਾਨੂੰ ਧਮਕਾਇਆ ਜਾ ਰਿਹਾ ਬੜੇ ਸਖ਼ਤ ਸ਼ਬਦ ਵਰਤੇ ਨੇ ਤਾਂ ਕੁਦਰਤੀ ਹੈ ਕਿ ਜਦੋਂ ਹੁਣ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫੈਸਲਾ ਲਿਆ ਜਾਵੇਗਾ ਤਾਂ ਉਹ ਜਿਹੇ ਫੈਸਲਾ ਹੋ ਸਕਦਾ ਆ ਜੋ ਜਿਹੜਾ ਸਿਆਸੀ ਫੈਸਲਾ ਵਿਰਸਾ ਸਿੰਘ ਵਲਟੋਹੇ ਦੇ ਖਿਲਾਫ ਲਿਆ ਸਮੁੱਚੇ ਰੂਪ ਚ ਇਸ ਗੱਲ ਨੂੰ ਸਪੀਡ ਕਰਨਾ ਇੰਨੀ ਗੱਲ ਕਹਿ ਸਕਦਾ ਕਿ ਆਉਂਦੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਜਿਹੜੇ ਦਿਨ ਨੇ ਉਹ ਜ਼ਰੂਰ ਔਖੇ ਹੋ ਸਕਦੇ ਨੇ ਮੁਸ਼ਕਲ ਭਰਪੂਰ ਹੋ ਸਕਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਹਾਂਜੀ ਤਾਂ ਹੁਣ ਵਲਟੋਹਾ ਦੀਆਂ ਜਿਹੜੀ ਮੁਸ਼ਕਿਲਾਂ ਨੇ ਉਹ ਅੱਗੇ ਹੋਰ ਵੀ ਵੱਧ ਸਕਦੀਆਂ ਨੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਵਲਟੋਹਾ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਲਟੋਹਾ ਕਿਹੜੀਆਂ ਮੁਸ਼ਕਿਲਾਂ ਦੇ ਵਿੱਚ ਪੈਂਦੇ ਹੋਏ ਨਜ਼ਰ ਆਉਣਗੇ ਤਾਂ ਫਿਲਹਾਲ ਆਉਣ ਵਾਲਾ ਵਕਤ ਹੀ ਤੈਅ ਕਰ ਪਾਏਗਾ ਅਤੇ ਅਗਲੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਲੋਕਨਾਦ ਟੀਵੀ ਅਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ